अस्सलाम वालेकुम जी। यह हमजा भाई दी उडार वाली छत जिथे बाजियां उठदियां ने उतो शौक करा रहे हैं जनाब संभड़ियाल दे विचों। उस्ताद बशरी दा शागिर्द जनाब आ हमजा भाई। यह उड्डण वाला सैटअप है जनाब। उस्ताद शाहद ਤੁਹਾਨੂੰ ਉੱਡੇ ਉਡਾਏ ਪਰਿੰਦਿਆਂ ਦਾ ਸ਼ੌਕ ਕਰਾਇਆ ਤਾ ਹੁਣ ਅੱਗੇ ਤਾਂ ਬਰੀਡਿੰਗ ਵਾਲਿਆਂ ਦਾ ਕਰਾਇਆ ਨਾ। ਉਹਦੀ ਛੱਤ ਦਾ ਮੰਜ਼ਰ ਲੈਟਿੰਗ ਲਾਈ। ਹਾਂਜੀ ਹਮਜ਼ਾ ਭਾਈ ਕੀ ਹਾਲ ਹੈ? ਵਾਲੇਕੁਮ ਭਾਈ ਜਾਨ। ਸਾਡਾ ਸਲਾੜਾ ਕਬੂਤਰ ਇਹ ਉੱਡਣ ਵਾਲਾ ਸੈਟਅਪ ਹੈ ਤੁਹਾਡਾ? ਪਾਇਆ ਸੀ ਵਿੱਚ, ਆਹ ਦੇਖੋ ਤਿੰਨ ਚਾਰ ਮੋੜਾਂ ਲੱਗੀਆਂ ਇਹਨਾਂ ਵਿੱਚ ਪਾਇਆ। ਠੀਕ ਹੋ ਗਿਆ, ਬਹੁਤ ਅੱਛੀਆਂ ਨੇ ਕਾਰਕ ਦੀ। ਪੰਜ ਫਿਰਤਾਂ ਉੱਡਿਆ, ਇੱਕ ਫਿਰਤ ਤਾਂ ਰਾਤ ਰਹਿ ਗਿਆ ਸੀ, ਦੂਸਰੀ ਤੀਸਰੀ ਫਿਰਤ ਬਾਕੀ 6 ਵਜੇ ਪੈਂਦਾ ਰਿਹਾ। ਇਹ ਦੇਖੋ ਜਨਾਬ ਇਸ ਨੂੰ ਨਾ ਰੋਸ਼ਨੀ ਜਿਹੜੀ ਅਕਸ਼ ਵੀ ਨਜ਼ਰ ਆਈ ਹੈ ਜੀ। ਇਹ ਜਨਾਬ ਸਟੈਂਪਾਂ 'ਚ ਕਬੂਤਰ ਨੇ ਉੱਡੇ ਉਡਾਏ ਪਰਿੰਦਿਆਂ ਦਾ ਸ਼ੌਕ ਕਰੋ। ਮਾਸ਼ਾਅੱਲਾ ਜੀ, ਭੱਲਾ ਦਿਖਾਓ ਜੀ, ਕਿਆ ਬਾਤ। ਪਹਿਲੀ ਫੜਕ ਰਾਤ ਰਹਿ ਗਿਆ, ਦੂਸਰੀ ਫੜਕ ਰਾਤ ਰਹਿ ਗਿਆ ਸੀ, ਅੱਗੋਂ ਬੈਠੇ ਪੰਜ ਫੜਕਾਂ ਲਗਾਤਾਰ ਉੱਡਿਆ। ਵਨਡੇ ਦੇ ਪਿਆੜਾ ਵੀ ਉਡਾਇਆ ਸੀ, ਉਹਦੇ 'ਚ ਵੀ ਇਹਨੂੰ ਪਾਇਆ ਸੀ। ਉਦੋਂ ਇਹਦਾ ਦੂਸਰੇ ਨੰਬਰ 'ਤੇ ਆਏ ਹਾਂ ਪਿਆੜੇ 'ਚ, ਉਸ ਦਿਨ ਵੀ 5 ਵਜੇ ਬੈਠਾ। ਠੀਕ ਹੋ ਗਿਆ, ਵਨਡੇ ਦੇ ਪਿਆੜੇ 'ਚ ਲਿਆਓ ਹਾਂ। ਅੱਗੋਂ ਹੋਰ ਤਰ੍ਹਾਂ ਕੋਈ ਅੰਦਰ ਹੀ ਹੋਈ ਹੈ, ਆ ਜਾਓ ਅੰਦਰ ਹੀ ਜਨਾਬ। ਜਿਹਦਾ ਘਰ ਜਿਸ ਕਬੂਤਰ ਦਾ ਸ਼ੌਕ ਆਇਆ ਪਿਛਲੇ ਅਸੂ ਚ ਬੱਚਾ ਸੀ, ਉਦੋਂ 6 ਵਜੇ ਬੈਠਾ ਸੀ। ਵਿਸਾਖ ਦਾ ਚੈਂਪੀਅਨ ਹੈ, ਫਿਰ ਇਸ ਅਸੂ ਦਾ ਚੈਂਪੀਅਨ ਕਬੂਤਰ ਹੈ ਸਾਡਾ। ਮਾਸ਼ਾਅੱਲਾ, ਚੈੱਕ ਕਰੋ ਕਿਆ ਬਾਤ। ਇਸ ਅਸੂ ਚ ਤਾਂ ਬਹੁਤ ਜ਼ਿਆਦਾ ਕਬੂਤਰ ਲੋਕਾਂ ਦੇ ਚਲੇ ਗਏ। ਇਹਦੀ ਕੀ ਪਰਵਾਜ਼ ਹੈ? ਇਹ ਸ਼ਾਮੀ ਜਦੋਂ ਪਿਛਲੇ ਅਸੂ 'ਤੇ 6 ਵਜੇ ਬੈਠੇ, ਵਿਸਾਜ ਆਦੀ 5 ਵਜੇ ਦੀ, ਹੁਣ ਤਾਂ ਪਹਿਲੀ ਫਿਰ ਤਾਂ ਰਾਤ ਰਹਿ ਗਏ, ਅੱਗੋਂ ਫਿਰ ਬਹਿ ਜਾਂਦਾ ਰਿਹਾ 6:15। ਸਿਆਣਾ ਹੀ ਅਕਲ ਦਾ ਹੀਰੋ ਮਾਸਟਰ ਕਬੂਤਰ। ਕਾਲਾ ਕਬੂਤਰ ਦਾ ਸ਼ੌਕ ਕਰਾਓ ਬਾ। ਲਓ ਜਨਾਬ ਇਹ ਵੀ ਬਾਜ਼ੀਆਂ ਚੁੜਿਆ, ਕਿਆ ਬਾਤ ਹੈ। ਉਹਨੇ ਗਿਫਟ ਦਿੱਤਾ ਦਾ ਬੱਚਾ, ਸਟੈਂਪ ਵੀ ਉਹਦੀ ਅੱਗੋਂ ਲੱਗ ਆਈ ਹੈ, ਫਿਰ ਲਈ ਸ਼ਾਇਦ ਜਨਾਬ ਹਨੇਰਾ ਹੋ ਗਿਆ, ਜ਼ੂਮ ਹੋ ਗਈ, ਲੇਕਿਨ ਹਨੇਰੇ 'ਚ ਅੱਖ ਦਾ ਪੂਰਾ ਨਜ਼ਾਰਾ ਨਹੀਂ ਆਉਂਦਾ। ਇਹ 5 ਹੈ, ਸਾਡੇ ਉਸਤਾਦਾਂ ਨੇ ਮੈਨੂੰ ਗਿਫਟ ਦਿੱਤਾ ਸੀ। ਵਿਸਾਖ ਦਾ ਚੈਂਪੀਅਨ ਕਬੂਤਰ ਹੈ। 5 ਹੈ, ਵਿਸਾਖ ਦਾ ਚੈਂਪੀਅਨ ਕਬੂਤਰ ਹੈ। ਅਸੂ 'ਚ ਤੈਨੂੰ ਉਡਾਉਣ ਦੀ ਲੋੜ ਹੀ ਨਹੀਂ ਪਈ, ਰਾਤ ਰਹਿ ਜਾਂਦਾ ਸੀ ਜਿਸ ਦਿਨ ਛੱਡਿਆ। ਕਿਆ ਬਾਤ ਹੈ ਜਨਾਬ। ਠੀਕ ਹੋ ਗਿਆ ਜਨਾਬ, ਓਕੇ ਹੋ ਗਿਆ। ਸੰਭੜਿਆਲ ਜਨਾਬ ਸ਼ੌਕ ਕਰ ਰਹੇ ਹਾਂ, ਉਸਤਾਦ ਬਸ਼ਰੀ ਦਾ ਸ਼ਾਗਿਰਦ ਹੈ ਜਵਾਨ। ਐਸ ਲਾਲਾ ਟੈਡੀ ਕਬੂਤਰ ਹੈ ਮੇਰੇ ਉਸਤਾਦਾਂ ਦੇ ਘਰ ਦਾ, 40 ਨੰਬਰ। ਜੀ ਜਨਾਬ, ਬਹੁਤ ਆਲਾ ਪਰਿੰਦੇ ਨੇ ਮਾਸ਼ਾਅੱਲਾ ਜੀ। ਮਾਦੀਆਂ ਦਾ ਸ਼ੌਕ ਬੱਸੂ ਦੇ ਉੱਡੇ ਉਡਾਏ ਪਰਿੰਦਿਆਂ ਦਾ ਸ਼ੌਕ। ਹਾਂਜੀ, ਹੁਣ ਟਰਾਲੀ ਨਾਲ ਰਾਨ ਕਰ ਲਈ, ਦੂਸਰੇ ਦੇ ਸਿਗਨਲ ਨਹੀਂ ਮੈਸੇਜ ਆ ਰਹੇ। ਇਹ ਕਿਹੜੀ ਜੇ? ਇਹ ਬਾਜਵਾ ਸਾਹਿਬ ਜੀ ਕਬੂਤਰ ਦਾ ਘਰ ਸ਼ੌਕ ਹੋਇਆ ਗੋਲਡਨ ਦਾ, ਨਾਲ ਲਾਲੇ ਵਾਲੀ ਕਿੱਟੀ ਤੁਹਾਡਾ ਮਾਦੀ। ਇਹ ਮਾਦੀ ਜਿਸ ਦਿਨ ਅਸੀਂ ਛੱਡੀ। ਵਾਲਾਕਮ ਜੀ।
وعلیکم السلام جی ملک صاحب. ملک صاحب شوکر آ رہے ہیں. ہاں جی ملک صاحب شوکر آ رہے ہیں. اگ جی رات والے کبوتر کی پٹھی جی جس دن چڈیے رات رہ گئی چھوٹے جہ وجود باہر کڈو. ہاں ذرا بچا بالٹی جی ملک صاحب ٹھیک ہے کلر چل رہے ہیں. ڈیڈی مادی 141 نمبر یہ کدھر آئی ہے جناب استادا نے گھر دی کیا بات ہے. اکھ چیک کرو پھر یہ وہ چھوٹی مادی جی پہلے دن رات رہ گئی ہوں اکھ چیک کرو جی پھر اگو پائی ایک دن رات رہ گئی پھر اینڈ والی پھرتے پی گئی 4 بجے. سلاڈے ڈیڈی نے بہت آلہ جناب بدماش بدماش دے پٹھی. ہاں جی لو جی آ کبوتر اگلی ویڈیو چیک کیتا ہے بدماش وہ پٹھی ہے سٹیمپ چیک کراؤ سنوں کوئی 7-8 سٹیمپاں لگی ریڈ کلر دیا سٹیمپاں نے جناب ماشاء اللہ جی ڈب والی مادی جی پٹھی اگو لاکھی نال موتیاں لا دینا کبوتر لگا سی ڈب والی وڈی لاکھی ہے ساڈی یہ گیڑ دل جی شامی بہن دی جی ایکل دی ماسٹر ہے نیرے چ بھی بہ جاندی جی کیا بات ہے. جی جناب آؤ دیکھو وڈی لاکھی مادی جی ساڈی ڈینجرس موسم نے ویکو جناب 1, 2, 3, 4, 5 ٹھیک ہو گیا بھائی جان کبوتر سائڈ تے کرو نا پھر پڑی جانی ہے تھلے لاؤ. ہاں یہ دکھاؤ جناب آپ دے نصیب یہ چھوٹی لاکھی ہے. ہاں جی وہ وڈی لاکھی ہے چھوٹی لاکھی ابھی 5 دن لگاتار 5 دی سوئی رہی ہے 5 تو نہ تھلے آئی ہے نہ اتنے گئی ہے جناب 5 دن لگاتار موڑا چھوٹی لاکھ ٹھیک ہو گیا جناب ہے مادیاں جی بچا پالٹی ہے کبوتر نے بٹے چلو آ جاؤ جناب ٹھیک ہو گیا. السلام علیکم. وعلیکم السلام جی میں کہا چھاتے چودھری مبشر کو مصاحب دینا ساڈی چھاتے ٹھیک ہو گیا جناب. السلام علیکم جی جناب کی حال ٹھیک ہو پاکستان جی تھی سناؤ. اللہ پاک دا شکر جی اور سب خیر کیے جی ٹھیک یہ گیما گما اج اڈی نہیں نہیں ویسے شوق ہو رہا ہے گیم ختم ہو گئی. اچھا
استاد ملک بابر صاحب ساڈے استاد نے ہاں جی ہاں جی میرا نام فرحان باجوا میں آواز کٹی گئی جی میں نیاب حیدر پال جی نیاب حیدر ہاں جی ہاں جی ہاں جی او دے شاگرد میں تے ادریس کنڈے والے دا ٹھیک ہو گیا جناب ہاں ماشاءاللہ شوق کرن ہے ہاں جی یار ماشاءاللہ ہے پاکستان وچ بہت شوق ہے جی ہاں جی ادھر ایک ندیم وی گیا میو میری برادری دا منڈا مینوں ایک او دا نبی احمد دا شگیر تے گا اے پنے کیڑے پنڈ تے او سمڑے آل آ سمڑے آل دے کول یا تو کتے پنڈ لپراں تھوڑا اگے پیچھے ہاں ہونا استاد جی لیکن اچھا نہیں وا جی جی میں کہے میں نہیں جاندا سر کرتل گوجرا اتھوں دا جے تے آندے نے موہن نواز دا شگیرد دیو بند کریے ہو گیا شوق ٹھیک ہو گیا شکریہ مہربانی جی فدا صاحب کی حال ہے میدان چاہیے دیر دے لگے ہیں ملک صاحب کو آئے ہیں دونوں چھتاں دا شوق کیتا بریڈنگ والی بھی سونا وڈار کرائی سی ویکھو لاٹاں کنج لائیاں ملک صاحب تو پتا تو ہے ملک صاحب کے کام وکھرے نے دنیا تو جی آگے نے ملک صاحب کے چھوٹے بھائی بھی وچ اچھا اور سناؤ بس فٹ فاٹ ہے خریے جی بالکل تھی سناؤ صحت طبیعت فٹ ملک صاحب علی بھائی کی حال ہے ٹھیک ٹھاک ہو اور سناؤ باجا صاحب کوئی جانور بھی بہانے آ جانا کوئی شوق کراؤ کہ باہر کھڈے چ کی بہاندے ہو سر شوق سارے دا کراڑیا ہے تے ہن تسی لیٹ آئے ہو تے اے پھر کرائیے نہیں نہیں اونے کیمرہ جناب ایک واری بہا چھڑو نا جانور چلو اکٹھا نہیں ہو جان گیا لو جناب ہن سوتے اٹھے ہو نا کی کریے اوپر آئی جے اٹھے نے جڑے کالا پرندہ چیک کرو بہت ہی رزلٹ ہے مورا چھوٹے پانچ دن ہی ملک صاحب کے پرندے آئی دکھا رہے ہیں دیکھ رہے ہیں بچ آپ بھی چلو کوئی نہیں ملک صاحب نے آخو اتنے آ کے پیچھا آ کے ویکھ لیا جی آہو جی باجا صاحب دوجے نمبر تک بیٹھے جانور ہے کی کوئی جی ہے سامنے
ਸਾਰੇ ਕਬੂਤਰ ਉੱਡੇ ਉਡਾਏ ਨੇ ਇਹਨਾਂ ਦੇ ਉਸਤਾਦ ਬਸ਼ਰੀ ਦੇ ਘਰ ਦੇ ਨੇ, ਉਸਤਾਦ ਬਸ਼ਰੀ ਇਹਨਾਂ ਦਾ ਉਸਤਾਦ ਹੈ, ਕੋਈ ਲਾਲੇ ਯੂਸਫ ਦੇ ਘਰ ਦੇ ਨੇ। ਲਾਲੇ ਯੂਸਫ ਵਾਲੇ ਹੈ ਨੇ ਲਾਖੇ? ਆਹੋ ਜੀ, ਇੱਕ ਹੈ ਫਿਰਦਾ ਜਿਹਾ ਵਿੱਚ, ਅੱਛਾ ਦੋ ਘੁਮਾਦੀਆਂ ਨੇ ਇਹਦੇ ਜਿੰਦਰ ਨੇ, ਆ ਬੈਠੀ ਜੀ ਇੱਕ ਸਾਹਮਣੇ, ਇੱਕ ਆ ਸਾਹਮਣੇ ਬੈਠੀ ਜੀ ਦੇ। ਸਹੀ, ਕੀ ਕਰੀਏ ਭਰਾ, ਜਿਹੜਾ ਨਾਂ ਰੱਖਿਆ ਉਹਨੂੰ ਬੁਲਾਣਾ ਤੇ ਹੈ ਨਾ। ਲਾਖੇ ਦਾ ਸ਼ੌਕ ਤੇ ਕਰਾਓ ਨਾ ਇੱਕ ਵਾਰੀ ਫੜ ਕੇ। ਕਿਹਦਾ? ਲਾਖੇ ਦਾ? ਯਾਰ ਇੱਧਰ ਆਏ ਉਸਤਾਦ। ਹੈਲੋ, ਗੁੰਨੇ ਦਾ ਨਾਲ ਮਸ਼ਹੂਰ ਘਰ ਛੜਿਆ ਵਿਕਾਸ ਗੁੰਨਾ। ਹੈਲੋ, ਉਹ ਕਬੂਤਰੀ ਬਾਕੀ ਲਾਲੇ ਯੂਸਫ ਵਾਲੀ ਲਾਲੇ ਯੂਸਫ ਵਾਲੀ ਬਹਾਣੀ ਆ। ਉਹਨੇ ਵੇਖਣੀ ਆ ਕਿਸੇ ਕਲਰ ਦੀ। ਲਾਲੇ ਪੱਠੀ ਦੀ ਅੱਗੋ ਪੱਠੀ ਹੈ ਲਾਲੇ ਯੂਸਫ ਦੇ ਘਾਹ ਦੀ, ਲਾਲ ਪੜੀ ਦੀ। ਲਾਲੇ ਯੂਸਫ ਹੋਰ ਇੱਧਰ ਰੋਸ਼ਨੀ ਨੂੰ ਕਰੋ ਨਾ, ਦੇਖ ਲਾ ਅੱਗੋ ਪੱਠੀ ਦੀ ਪੱਠੀ ਹੈ ਲਾਲ ਪੜੀ। ਨਹੀਂ ਇੱਕ ਉਹਨਾਂ ਦੇ ਕਬੂਤਰ ਨੇ ਲਾਖੇ, ਲਾਲੇ ਯੂਸਫ ਵਾਲੇ ਲਾਖੇ ਆ ਜੇ ਉਹ ਘਾਟ ਚੋਕੜੂ ਆਇਆ ਤੇ ਆਏ ਨਹੀਂ ਨਾ ਸਹੀ ਨੀ ਆ ਰਿਹਾ। ਨਹੀਂ ਕਲੀਅਰ ਬਣ ਰਿਹਾ, ਸਭ ਠੀਕ ਹੈ। ਇਹ ਜੇ ਲਾਲੇ ਯੂਸਫ ਵਾਲੇ ਮਾਸ਼ਾਅੱਲਾ ਜੀ, ਮੋਹਰਾਂ ਚੈੱਕ ਕਰਾਓ ਉਹਨਾਂ ਨੂੰ। ਪੈ ਪੰਜ ਦਿਨ ਉੱਡੇ ਜੇ, ਪੰਜ ਮੋਹਰਾਂ ਮੌਜੂਦ ਨੇ। ਕਿੰਨੇ ਦਿਨ ਬੈਠੀ ਹੈ ਘਰ? ਪੰਜ ਦਿਨ ਲਗਾਤਾਰ ਬੈਠੀ, ਹਨੇਰੇ ਚ ਵੀ ਬਹਿ ਜਾਂਦੀ ਹੈ, ਦੀਆ ਕੁਆਟੇ ਭਾਵੇਂ ਲਾਈਟ ਬੱਲੀ ਹੋਈ ਹੈ ਨਾ ਬੱਲੀ ਹੋਈ, ਇਹਨੇ ਬਹਿ ਜਾਂ। ਠੀਕ ਹੋ ਗਿਆ ਜਨਾਬ? ਅੱਛੀ ਹੈ ਮਾਸ਼ਾਅੱਲਾ, ਅੱਛੀ ਬਾਜਾ ਸਾਹਿਬ। ਇਹਨਾਂ ਦੇ ਸਾਰੇ ਹੀ ਪਰਿੰਦੇ ਚੰਗੇ ਨੇ, ਅੱਛੇ ਬਲੱਡ ਲੈਣ ਨੇ ਸਾਰੇ ਹੀ, ਕਿਉਂਕਿ ਸਾਰੇ ਬਾਜਾ ਸਾਹਿਬ ਤੁਸੀਂ ਉਸਤਾਦ ਆਦਮੀ ਹੈ, ਤੁਹਾਨੂੰ ਪਤਾ ਹੋਣਾ ਹੈ ਸਾਰੀ ਗੱਲ ਦਾ। ਬਿਲਕੁਲ ਜੀ, ਜਿਹਨੇ ਮਿਹਨਤ ਕੀਤੀ ਉਹਨੇ ਫਿਰ ਉੱਡਣਾ ਹੀ ਨਾ, ਕਿਉਂਕਿ ਉੱਡਣਾ ਕਿਉਂ ਨੀ। ਹਾਂਜੀ ਬਿਲਕੁਲ, ਉਸਤਾਦ ਸ਼ਾਹ ਤੇ ਭਲਵਾਨ ਉਸਤਾਦ ਬਸ਼ੀਰ ਜਸ਼ਵੀਰ ਤੇ। ਸਹੀ ਸਹੀ, ਮੈਂ ਪੰਜ ਪੀਟਾਂ ਕਬੂਤਰ ਡਾਇ ਨੇ ਕਬੂਤਰ ਨਹੀਂ ਜਾਇਆ ਪੰਜ ਪੀਟਾਂ, ਬੜੀ ਗੱਲ ਹੈ। ਬਾਜਾ ਸਾਹਿਬ ਹੈ ਤੇ ਆ ਅੱਜ, ਬਸ ਵੇਖ ਲਵੋ। ਨਹੀਂ ਮੈਂ ਥੱਲੇ ਜੁੱਤੀ ਵੇਖੀ ਤਾਂ ਆਖਿਆ, ਮੈਂ ਕਿਹਾ ਹੈਰ ਨਹੀਂ ਲੱਗਦੀ ਵੀ ਆਹ ਹੁਣ ਤੁਹਾਡੇ ਲਈ ਵੀ ਲਾ ਕੇ ਆਉਣਾ ਕੋਈ ਸਾਇਕ ਚੰਗਾ ਜਾ ਨੋਕ ਦਾ ਪਾਣਾ ਦੁੱਤਾ ਚੱਲਦਾ ਲਾਈਵ ਤਾਂ ਚੱਲਦਾ, ਤੇ ਬਾਅਦ ਚ ਤੁਹਾਨੂੰ ਮੈਂ ਫਿਰ ਕਾਲ ਤੇ ਦੱਸ ਰਿਹਾ ਅਗਲੀ ਕਹਾਣੀ। ਨਹੀਂ ਨੋਕ ਵਾਲਾ ਪਾਣਾ ਜੇ ਦੂਜਾ, ਇਹ ਬਹੁਤ ਆਲਾ ਪੱਠਾ ਅੱਗੇ ਚੈੱਕ ਸ਼ੋਕ ਕੀਤਾ ਇਹਦਾ, ਇੱਧਰ ਬੈਗ ਚੈੱਕ ਕਰਾਓ, ਇੱਧਰ ਬਹੁਤ ਰੋਸ਼ਨੀ ਰੋਸ਼ਨੀ ਆਨ ਕਰ ਲੈਂਦੇ ਹਾਂ। ਡੱਬ ਵਾਲੇ ਟੈਡੀ ਦਾ ਕ੍ਰਾਸ ਚ ਸਾਚੋ ਦੀ ਮੁਬੱਸ਼ਰ ਘੁੰਮਦਾ। ਸਹੀ ਸਹੀ,
ਬਹੁਤ ਆਲਾ ਪੱਲਾ ਹੋਵੇ ਦਾ ਜਨਾਬ ਅੱਗ ਜਾ ਕੇ ਕੱਟਿਆ ਦਾ ਜੀ। ਵੀਰ ਜੀ ਕੀ ਹਾਲ ਚਾਲ? ਠੀਕ ਹੋ ਗਿਆ ਜਨਾਬ। ਹੋਰ ਕੋਈ ਕਰਾਓ ਨੇ ਸ਼ੌਕ ਅੱਛਾ ਜਿਹਾ ਕਬੂਤਰ ਦਾ ਇਹਨਾਂ ਨੂੰ ਹੁਣ ਆਏ ਇਹਨਾਂ ਦੇ ਬਾਤ ਦਾ ਰਿੰਗ ਚੈੱਕ ਕਰੋ ਠੀਕ ਹੋ ਗਿਆ ਜਨਾਬ। ਬਹੁਤ ਆਲਾ ਕਬੂਤਰ ਨੇ ਜਨਾਬ ਇਹਨਾਂ ਦੇ। ਨਹੀਂ ਅੱਛੇ ਨੇ ਪਰਿੰਦੇ ਮਾਸ਼ਾਅੱਲਾ। ਤਕਰੀਬਨ ਚਾਰ ਕਬੂਤਰ ਹਰ ਰੋਜ਼ ਨਾ ਰਾਤ ਰਹਿ ਜਾਂਦੇ ਹਨ ਇੱਥੇ ਲੱਗੇ ਰਹਿੰਦੇ ਹਨ ਬਹਿੰਦੇ ਨਾਲ ਲੱਗੇ ਨਾਲ ਤਿੰਨ ਚਾਰ ਹਰ ਫਲਕ ਚ ਰਾਤ ਰਹਿ ਜਾਂਦੇ ਸੁਭਾ ਆ ਜਾਂਦੇ ਹਨ ਬੈਠਾ ਨਹੀਂ ਉਹਨੇ ਜਾਂਦਾ। ਮਾਸ਼ਾਅੱਲਾ ਜੀ ਅੱਛਾ ਪਰਿੰਦਾ ਕਿਆ ਬਾਤ ਹੈ ਜੀ ਠੀਕ ਹੋ ਗਿਆ। ਅੱਲਾ ਦਾ ਚੋਕਾ ਤਰੀ ਆ ਲਾਏ ਹੁਣ ਬਾਅਦ ਝੜ ਨਾ ਕਾ ਆਪਣਾ ਅੱਲਾ ਦਾ ਚੋਕਾ ਤਰੀ ਆ ਲਾਏ ਥੱਲੇ ਹੈ ਅੱਲਾ ਦਾ ਚੋਕਾ ਤਾਏ ਤਰੀ ਆ ਲਾ ਥੱਲੇ ਮੈਂ ਹੈ। ਹਾਂਜੀ ਹਾਂਜੀ ਚਲੋ ਠੀਕ ਗੱਪ ਸ਼ੱਪ ਲਾ ਤੁਸੀਂ ਵੀ ਉੱਠ ਕੇ ਤਾਰੀ ਸ਼ਾਰੀ ਗੁੱਲਾ ਹੀ ਹੋਏ ਜਿਵੇਂ ਠੀਕ ਹੋ ਗਿਆ ਜਨਾਬ। ਅੱਲਾ ਹਾਫਜ਼ ਮਾਲਾ ਭਰਨ ਲਾ ਰਹੀ ਥੋੜੀ ਜੀ। ਉਹ ਕਬੂਤਰ ਦਾ ਸ਼ੌਕ ਕਰਾਓ ਜਿਹੜਾ ਬਾਹਰ ਬੈਠਾ ਹੈ ਜੀ। ਮਾਲਕ ਸਾਹਿਬ ਤੁਹਾਡੀ ਵਾਰੀ ਆ ਗਈ ਹੈ ਕੋਈ ਇੱਕ ਮਿੰਟ ਤੁਹਾਨੂੰ ਕਾਲ ਲਾਉਂਦੇ ਹਾਂ ਉਹ ਤੁਹਾਨੂੰ ਲਾ ਦਿੰਦੇ ਹਾਂ। ਤੋਰੀ ਗਏ ਹੋ ਮਾਲਕ ਸਾਹਿਬ ਤੁਸੀਂ ਸਿਗਨਲ ਡਾਊਨ ਹੋ ਗਏ ਨਾ ਦਿਖਾ ਯਾਰ ਇਹਦੀ ਅੱਗੇ ਅੱਖ ਨਹੀਂ ਸਹੀ। ਜ਼ਰੇ ਚੈੱਕ ਕਰੋ ਜਨਾਬ ਇਹਦੇ ਓਕੇ ਜੀ ਅੱਲਾ ਹਾਫਿਜ਼ ਬਹੁਤ ਸ਼ੁਕਰੀਆ ਮਿਹਰਬਾਨੀ ਜਨਾਬ ਸਾਰੇ ਭਾਈਆਂ ਦੀ।